नमस्कार योग पंथ साहिब श्री गुरु ग्रंथ साहिब महाराज जी के पावन चरणों में जुड़ बैठी गुरु प्यारी गुरु सवारी साहब श्री जी आओ सतना महाराज के चरणों के विच रल के हाजरी लगाइए ਰਸਮਾਂ ਨੂੰ ਪਵਿੱਤਰ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਅਸੀਂ ਸਾਰੇ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਤਿਸੰਗਤ ਦੇ ਵਿੱਚ ਜੁੜ ਕੇ ਬੈਠੇ ਹਾਂ। ਆਪ ਸਭ ਨੇ ਬੜੇ ਹੀ ਪਿਆਰ ਦੇ ਨਾਲ ਬਾਣੀ ਪੜ੍ਹੀ ਹੈ, ਸੋ ਹੁਕਮ ਹੋਇਆ ਸੀ ਦਾਸਿਆਂ ਨੂੰ ਕਿ ਅੱਜ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਲਾਉਣਾ ਹੈ। ਬਸ ਸੰਗਤ ਨੂੰ ਇੰਨੀ ਬੇਨਤੀ ਕਰਨੀ ਹੈ, ਜੇ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਲੱਗਦਾ ਇਸੇ ਤਰ੍ਹਾਂ ਸੱਜੇ ਰਹਿਣਾ, ਅਤੇ ਜਿਵੇਂ ਆਪ ਜੀ ਨੇ ਬਾਣੀ ਦੇ ਆਨੰਦ ਲਈ ਪੜ੍ਹ ਕੇ ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ ਹੈ ਅਤੇ ਕੀਰਤਨ ਦਾ ਆਨੰਦ ਲੈਣਾ ਹੈ। ਮੈਨੂੰ ਲੱਗਦਾ ਜਦੋਂ ਦਾ ਦੁਪਹਿਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਹੈ, ਮਹਾਰਾਜ ਉਦੋਂ ਦੀ ਸੇਵਾ ਲੈ ਰਹੇ ਹਾਂ ਕੀਰਤਨ ਦੀ, ਅਤੇ ਅੱਜ ਇਸ ਸਾਲ ਦੇ ਵਿੱਚ ਦਾਸ ਦੀ ਜਿਹੜੀ ਆਖਰੀ ਸੇਵਾ ਹੈ, ਕਿਉਂਕਿ ਕੱਲ੍ਹ ਨੂੰ ਇੰਡੀਆ ਜਾਣਾ ਹੈ, ਫਰਵਰੀ ਦੇ ਵਿੱਚ ਵਾਪਸ ਆਉਣਾ ਹੈ, ਸੋ ਇਸ ਕਰਕੇ ਅੱਜ ਸਾਰੇ ਮਿਲ ਕੇ ਆਨੰਦ ਲਈ ਅਸੀਸ ਬਖਸ਼ ਕਿ ਸੱਚੇ ਪਾਤਸ਼ਾਹ ਆਪ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣ, ਅਤੇ ਬੇਨਤੀ ਹੈ ਸਾਰੇ ਖਰੇ ਹੋ ਕੇ ਪਾ ਸਾਰੇ ਰਲ ਕੇ ਕੀਰਤਨ ਕਰੀਏ। Thank you.
Soy hamra,
ਗੁਰ ਕੀ ਬਚਨੀ ਹਰ ਬੇਕਾਨਾ ਜਿਤ ਲਾਇਆ ਤੇ ਤਲਾਗਾ ਕਿ ਤੇਰੇ ਬਚਨਾਂ ਤੇ ਮੈਨੂੰ ਜਿਹੜੀ ਮਰਜ਼ੀ ਹੱਟੀ ਤੇ ਵੇਚ ਦੇ ਸੱਚੇ ਪਾਤਸ਼ਾਹ ਜਿੱਥੇ ਤੂੰ ਲਾਵੇਂਗਾ ਜਿਹੜਾ ਕੰਮ ਕਹੇਗਾ ਮੈਂ ਕਰੂੰਗਾ ਸ਼ੁਕਰ ਕਿਰਪਾ Bye.
جبت رہا تیرا نام لون حرامی نانک لالا بخشہ تد وڈیائی آد جگاد دیا پت داتا تد بن مکت نہ پا بن مکت نہ پا
Yeah.
Guru,
ਵਿੱਚ ਦੁਨੀਆ ਕਰ ਕਿਰਪਾ ਵਿੱਚ Thank you.
ਇਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਆਪ ਸਾਰੇ ਮਿਲ ਕੇ ਸੱਚੇ ਪਾਤਸ਼ਾਹ ਦੀ ਨਾਮ ਬੰਦਗੀ ਕਰਦੇ ਰਹੋ ਇਸੇ ਤਰ੍ਹਾਂ ਸੰਗਤ ਹੁੰਦੀ ਰਹੇ ਇਸੇ ਤਰ੍ਹਾਂ ਸੰਗਤ ਦੇ ਦਰਸ਼ਨ ਦਿਦਾਰੇ ਹੋਣ ਤੇ ਦਾਸਿਆਂ ਦੀ ਵੀ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇੰਡੀਆ ਜਾ ਕੇ ਵੀ ਕੀਰਤਨ ਦੀ ਸੇਵਾ ਦਿੰਦੇ ਰਹਿਣ ਸੱਚੇ ਪਾਤਸ਼ਾਹ ਆਪਣੇ ਗੁਣ ਗਵਾਉਂਦੇ ਰਹਿਣ ਸਾਰੀ ਸੰਗਤ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ ਸੋ ਆਓ ਹੁਣ ਅਰਦਾਸ ਵਿੱਚ ਜੁੜਨਾ ਕਰੀਏ ਹੋਈਆਂ ਬੇਅੰਤ ਭੁੱਲਾਂ ਤੋਂ ਬਖਸ਼ ਲੈਣਾ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।